ਕਿ ਵੋਗ ਦੇ ਵਿੱਚ ਇਸ ਸਰਦਾਰ ਦੀ ਐਂਟਰੀ ਕਿਵੇਂ ਹੋਈ ਐਂਡ ਉਹ ਕਿਵੇਂ ਦਾ ਐਕਸਪੀਰੀਅੰਸ ਰਿਹਾ ਤੁਹਾਡਾ? ਉਹ ਸਰਪ੍ਰਾਈਜ਼ਿੰਗ ਸੀਗਾ ਮੇਰੇ ਲਈ। ਚੀਜ਼ ਇਹ ਆ ਕਿ ਜਿਹੜਾ ਮੈਂ ਵੈਨਕੂਵਰ ਫੈਸ਼ਨ ਵੀਕ 'ਚ ਵੋਕ ਕਰਦਾ ਨਾ ਜੀ, ਉਹ ਇੱਕ ਪਲੈਟਫਾਰਮ ਦੇ ਅੰਡਰ ਆਉਂਦਾ, ਉਹਦਾ ਨਾਂ ਆ ਗਲੋਬਲ ਕਲੈਕਟਿਵਸ ਕਰਕੇ। ਠੀਕ ਹੈ ਜੀ। ਅਤੇ ਗਲੋਬਲ ਕਲੈਕਟਿਵਸ ਹੈਂਡਲ ਕਰਦਾ ਨਿਊਯਾਰਕ ਫੈਸ਼ਨ ਵੀਕ, ਮਿਲਾਨ, ਲੰਡਨ, ਪੈਰਿਸ ਅਤੇ ਵੈਨਕੂਵਰ। ਅਤੇ ਵੈਨਕੂਵਰ ਫੈਸ਼ਨ ਵੀਕ 'ਤੇ ਜਿੰਨੇ ਵੀ ਵੋਕਾਂ ਕੀਤੀਆਂ ਮੈਂ, ਕਿਤੇ ਨਾ ਕਿਤੇ ਕੋਈ ਨਾ ਕੋਈ ਛੋਟਾ ਮੋਟਾ ਫੀਚਰ ਆ ਜਾਂਦਾ ਹੈ ਵੋਕ 'ਚ। ਪਰ ਆਹ ਜਿਹੜੀ ਰੀਸੈਂਟ ਪੋਸਟ ਮੈਂ ਪਾਈ ਆ, ਇਹ ਸਰਪ੍ਰਾਈਜ਼ਿੰਗ ਸੀਗਾ ਮੇਰੇ ਲਈ, ਕਿਉਂਕਿ ਇਹ ਮੈਂ ਡਿਜੀਟਲ ਮੈਗਜ਼ੀਨ ਦਾ ਕਵਰ 'ਚ ਸੀਗਾ ਮੈਂ। ਅਤੇ ਮੇਰੇ ਲਈ ਖੁਸ਼ੀ ਖੁਸ਼ੀ ਵਾਲੀ ਗੱਲ ਸੀ, ਕਦੀ ਸੋਚਿਆ ਨਹੀਂ ਸੀ ਕਿ ਮੈਂ ਇੰਡੀਆ ਤੋਂ ਆ ਕੇ 4 ਸਾਲ 'ਚ ਮਾਡਲਿੰਗ ਬਾਰੇ ਵੀ ਨਹੀਂ ਸੋਚਿਆ ਸੀ ਕਦੀ ਮੈਂ ਮਾਡਲਿੰਗ ਕਰੂੰਗਾ। ਪਰ ਉਹ ਜਦੋਂ ਹੋਇਆ ਤਾਂ ਸਰਪ੍ਰਾਈਜ਼ਿੰਗ ਸੀਗਾ ਮੇਰੇ ਲਈ। ਪਰ ਉਹਦੇ ਲਈ ਮੈਨੂੰ ਕੁਛ ਸਪੈਸ਼ਲ ਪੋਸਟ ਨਹੀਂ ਭੇਜਣੀ ਪਈ ਉਹਨਾਂ ਨੂੰ, ਉਹ ਮੇਰਾ ਰੈਂਡਮ ਸਿਲੈਕਸ਼ਨ ਹੋ ਗਿਆ, ਫੋਟੋ ਲੱਗ ਗਈ ਅਤੇ ਦੱਸ।